ਬੇਸਿਕਲੀ ਮਾਨਯੋਗ ਸੀ ਪੀ ਸਾਹਿਬ ਦੇ ਨਿਰਦੇਸ਼ਨ ਹੇਤੁ ਜਿਹੜਾ ਹੈਗਾ ਇਲੈਕਸ਼ਨ ਦੀ ਰੈਪਿਡਨੈਸ ਹੈ ਉਹਨੂੰ ਚੈੱਕ ਕਰਨ ਵਾਸਤੇ ਸਾਡੇ ਮੁਲਾਜ਼ਮ ਹੈਗੇ ਐਫ ਐਸ ਟੀ ਐਸ ਐਸ ਟੀ ਟੀਮ ਹੈ ਉਹਨਾਂ ਨੇ ਅਵੇਅਰ ਕਰਨ ਵਾਸਤੇ ਇਹਨਾਂ ਦਾ ਰਿਸਪੋਂਸ ਟਾਈਮਸ ਜਿਹੜਾ ਹੈਗਾ ਉਹ ਘੱਟ ਤੋਂ ਕਰਨ ਲਈ ਜਿਹੜਾ ਆਈ ਟ੍ਰਿਪਲ ਸੀ ਦੇ ਜਿਹੜਾ ਕੋਆਰਡੀਨੇਸ਼ਨ 'ਤੇ ਆ ਜਿਹੜੀ ਡੀਲ ਹੋਈ ਹੈ ਇਸ ਡੀਲ ਨੂੰ ਸੀ ਪੀ ਸਾਹਿਬ ਕੰਟਰੋਲ ਰੂਮ ਤੋਂ ਡਾਇਰੈਕਟਲੀ ਇਸ ਚੀਜ਼ ਨੂੰ ਵੋਚ ਕਰ ਰਹੇ ਹੈਗੇ ਸਾਡਾ ਜਿਹੜਾ ਮੇਨ ਮਕਸਦ ਸੀ ਅਸੀਂ ਇੱਕ ਡੈਮੋ ਐਕਸਰਸਾਈਜ਼ ਕ੍ਰੀਏਟ ਕੀਤੀ ਸੀਗੀ ਜਿੱਥੇ ਅਸੀਂ ਪੀ ਐਨ ਬੀ ਚੌਂਕ 'ਤੇ ਇੱਕ ਕਿਹਾ ਸੀਗਾ ਕਿ ਇੱਥੇ ਪ੍ਰੋਟੈਸਟਰ ਆਏ ਹੋਏ ਹੈਗੇ ਔਰ ਸਾਡੇ ਮੁਲਾਜ਼ਮ ਵੱਲੋਂ ਜਿਹੜਾ ਇੱਕ ਫੋਨ ਕੰਟਰੋਲ ਰੂਮ ਨੂੰ ਕੀਤਾ ਗਿਆ ਸੀ ਮਿਨੀਮਮ 5 ਮਿੰਟ ਦੇ ਅੰਦਰ ਸਾਡੇ ਏ ਸੀ ਪੀ ਸਾਹਿਬਾਨ ਨੀਅਰੈਸਟ ਐੱਸ ਐੱਚ ਓ ਸਾਹਿਬਾਨ ਅਤੇ 5 PCR ਮੌਕੇ ਇਮੀਡੀਏਟਲੀ 5 ਮਿੰਟ ਦੇ ਅੰਦਰ ਪਹੁੰਚ ਗਈ ਹੈ ਉੱਥੇ 10 ਮਿੰਟ ਦੇ ਅੰਦਰ ਸਾਡੇ 3 SHO 2 ਏ ਸੀ ਪੀ ਸਾਹਿਬਾਨ ਅਤੇ ਜਿਹੜੀ 10 PCR ਇਨਕਲੂਡਿੰਗ ਐੱਫ ਐੱਸ ਟੀ ਐੱਸ ਐੱਸ ਟੀ ਟੀਮ ਹੈ ਉਹ ਮੌਕੇ 'ਤੇ ਸੀਗੀ ਤਾਂ ਸਾਡਾ ਜਿਹੜਾ ਮੇਨ ਜਿਹੜਾ ਐਕਸਰਸਾਈਜ਼ ਦਾ ਮਕਸਦ ਸੀ ਉਹ ਕਾਫੀ ਹੱਦ ਤੱਕ ਇਹਦੇ ਤੋਂ ਕੰਪਲੀਟ ਹੋਇਆ ਸੀ ਅਤੇ ਅਸੀਂ ਚਾਹੁੰਦੇ ਸੀ ਕਿ ਸਾਡਾ ਰਿਸਪੋਂਸ ਟਾਈਮ ਕੀ ਹੈਗਾ ਬਾਕੀ ਜਿਹੜੇ ਇਹਦੇ 'ਚ ਕੁਝ ਕਮੀਆਂ ਹੈਗੀ ਉਹ ਅਸੀਂ ਜਿਹੜਾ ਇਸ ਐਕਸਰਸਾਈਜ਼ ਤੋਂ ਬਾਅਦ 'ਚ ਜਿਹੜਾ ਵੀ ਰਿਵਿਊ ਕਰਕੇ ਅਸੀਂ ਉਸ ਚੀਜ਼ ਨੂੰ ਉਹ ਬੈਟਰ ਕਰ ਲਵਾਂਗੇ ਸਰ ਧਰਨੇ ਕੇ ਸਾਥ ਸਾਥ ਅਗਰ ਇਹ ਬੜਾ ਸਿੰਪਲ ਹੈ ਕਿ ਇਸਮੇ ਸਿਚੁਏਸ਼ਨ ਕੇ ਮੁਤਾਬਿਕ ਹਮਨੇ ਰਿਐਕਟ ਕਰਨਾ ਹੈ ਸਿਚੁਏਸ਼ਨ ਕੇ ਮੁਤਾਬਿਕ ਰਿਐਕਟ ਕਰਨਾ ਹੈ ਜੋ ਅਗਰ ਉਹ ਕੋਈ ਸਿਚੁਏਸ਼ਨ ਹੈ ਉਸਕੇ ਮੁਤਾਬਿਕ ਸਿਚੁਏਸ਼ਨ ਸਪੈਸਿਫਿਕ ਹੈ ਕਿਉਂਕਿ ਇਸ ਸਿਚੁਏਸ਼ਨ ਮੇਂ ਹਮਨੇ 100 ਸੇ 120 ਬੰਦੇ ਕਾ ਜੋ ਧਰਨਾ ਹੈ ਉਹ ਐਕਸਪੈਕਟਡ ਬਤਾਇਆ ਥਾ ਤੋ ਉਸ ਹਿਸਾਬ ਸੇ ਹਮਨੇ ਰਿਸਪੋਂਸ ਔਰ ਜੋ ਫੋਰਸ ਹੈ ਉਹ ਮੋਬਿਲਾਈਜ਼ ਕੀ ਹੈ ਅਗਰ ਕੋਈ ਛੋਟਾ ਅਗਰ ਇਸ ਸੇ ਰਿਲੇਟਡ ਜਾਂ ਉਸ ਸੇ ਬੜਾ ਹੋ ਤੋ ਅਕੋਰਡਿੰਗਲੀ ਫਿਰ ये सिचुएशन स्पेसिफिक तो फर्स्ट टाइमिंग पीसीआर की रही है 2 मिनट की तो वो आपने आप स्पोर्ट पे थे आपने देखा कि 2 मिनट के अंदर हमारी एक पीसीआर आ गई थी 5 मिनट में हमारे एसीपी साहब और एसएचओ साहब मौके पे आ गए थे तो ये हमें हमारा जो काम है कि जो हमारा जो पुलिस का जो जलंधर पुलिस की जो एक्टिवनेस है उसको और तो एक्टिव करना और रिस्पॉन्स टाइम को और कम करना ये हमारा मकसद था ਆ ਬੇਸਿਕਲੀ ਮਾਨਯੋਗ ਸੀ ਪੀ ਸਾਹਿਬ ਦੇ ਨਿਰਦੇਸ਼ਨ ਹੇਤੁ ਜਿਹੜਾ ਹੈਗਾ ਇਲੈਕਸ਼ਨ ਦੀ ਜਿਹੜੀ ਰੈਪਿਡਨੈਸ ਹੈ ਉਹਨੂੰ ਚੈੱਕ ਕਰਨ ਵਾਸਤੇ ਸਾਡੇ ਮੁਲਾਜ਼ਮ ਹੈਗੇ ਐੱਫ ਐੱਸ ਟੀ ਐੱਸ ਐੱਸ ਟੀ ਟੀਮ ਹੈ ਉਹਨਾਂ ਨੇ ਅਵੇਅਰ ਕਰਨ ਵਾਸਤੇ ਇਹਨਾਂ ਦਾ ਰਿਸਪੋਂਸ ਟਾਈਮਸ ਜਿਹੜਾ ਹੈਗਾ ਉਹ ਘੱਟ ਤੋਂ ਕਰਨ ਲਈ ਜਿਹੜਾ ਆਈ ਟ੍ਰਿਪਲ ਸੀ ਦੇ ਜਿਹੜਾ ਕੋਆਰਡੀਨੇਸ਼ਨ 'ਤੇ ਆ ਜਿਹੜੀ ਡੀਲ ਹੋਈ ਹੈ ਇਸ ਡੀਲ ਨੂੰ ਸੀ ਪੀ ਸਾਹਿਬ ਕੰਟਰੋਲ ਰੂਮ ਤੋਂ ਡਾਇਰੈਕਟਲੀ ਇਸ ਚੀਜ਼ ਨੂੰ ਵੋਚ ਕਰ ਰਹੇ ਹੈਗੇ ਸਾਡਾ ਜਿਹੜਾ ਮੇਨ ਮਕਸਦ ਸੀ ਅਸੀਂ ਇੱਕ ਡੈਮੋ ਐਕਸਰਸਾਈਜ਼ ਕ੍ਰੀਏਟ ਕੀਤੀ ਸੀਗੀ ਜਿੱਥੇ ਅਸੀਂ ਪੀ ਐਨ ਬੀ ਚੌਂਕ 'ਤੇ ਇੱਕ ਕਿਹਾ ਸੀਗਾ ਕਿ ਇੱਥੇ ਪ੍ਰੋਟੈਸਟਰ ਆਏ ਹੋਏ ਹੈਗੇ ਔਰ ਸਾਡੇ ਮੁਲਾਜ਼ਮ ਵੱਲੋਂ ਜਿਹੜਾ ਇੱਕ ਫੋਨ ਕੰਟਰੋਲ ਰੂਮ ਨੂੰ ਕੀਤਾ ਗਿਆ ਸੀ ਮਿਨੀਮਮ 5 ਮਿੰਟ ਦੇ ਅੰਦਰ ਸਾਡੇ ਏ ਸੀ ਪੀ ਸਾਹਿਬਾਨ ਨੀਅਰੈਸਟ ਐੱਸ ਐੱਚ ਓ ਸਾਹਿਬਾਨ ਅਤੇ 5 PCR ਮੌਕੇ ਇਮੀਡੀਏਟਲੀ 5 ਮਿੰਟ ਦੇ ਅੰਦਰ ਪਹੁੰਚ ਗਈ ਹੈ ਉੱਥੇ 10 ਮਿੰਟ ਦੇ ਅੰਦਰ ਸਾਡੇ 3 SHO 2 ਏ ਸੀ ਪੀ ਸਾਹਿਬਾਨ ਅਤੇ ਜਿਹੜੀ 10 PCR ਇਨਕਲੂਡਿੰਗ ਐੱਫ ਐੱਸ ਟੀ ਐੱਸ ਐੱਸ ਟੀ ਟੀਮ ਹੈ ਉਹ ਮੌਕੇ 'ਤੇ ਸੀਗੀ ਤਾਂ ਸਾਡਾ ਜਿਹੜਾ ਮੇਨ ਜਿਹੜਾ ਐਕਸਰਸਾਈਜ਼ ਦਾ ਮਕਸਦ ਸੀ ਉਹ ਕਾਫੀ ਹੱਦ ਤੱਕ ਇਹਦੇ ਤੋਂ ਕੰਪਲੀਟ ਹੋਇਆ ਸੀ ਅਤੇ ਅਸੀਂ ਚਾਹੁੰਦੇ ਸੀ ਕਿ ਸਾਡਾ ਰਿਸਪੋਂਸ ਟਾਈਮ ਕੀ ਹੈਗਾ ਬਾਕੀ ਜਿਹੜੇ ਇਹਦੇ 'ਚ ਕੁਝ ਕਮੀਆਂ ਹੈਗੀ ਉਹ ਅਸੀਂ ਜਿਹੜਾ ਇਸ ਐਕਸਰਸਾਈਜ਼ ਤੋਂ ਬਾਅਦ 'ਚ ਜਿਹੜਾ ਵੀ ਰਿਵਿਊ ਕਰਕੇ ਅਸੀਂ ਉਸ ਚੀਜ਼ ਨੂੰ ਉਹ ਬੈਟਰ ਕਰ ਲਵਾਂਗੇ ਸਰ ਧਰਨੇ ਕੇ ਸਾਥ ਸਾਥ ਅਗਰ ਦੇਖੋ ਇਹ ਬੜਾ ਸਿੰਪਲ ਹੈ ਕਿ ਇਸਮੇ ਸਿਚੁਏਸ਼ਨ ਕੇ ਮੁਤਾਬਿਕ ਹਮਨੇ ਰਿਐਕਟ ਕਰਨਾ ਹੈ ਸਿਚੁਏਸ਼ਨ ਕੇ ਮੁਤਾਬਿਕ ਰਿਐਕਟ ਕਰਨਾ ਹੈ ਜੋ ਅਗਰ ਉਹ ਕੋਈ ਸਿਚੁਏਸ਼ਨ ਹੈ ਉਸਕੇ ਮੁਤਾਬਿਕ ਸਿਚੁਏਸ਼ਨ ਸਪੈਸਿਫਿਕ ਹੈ ਕਿਉਂਕਿ ਇਸ ਸਿਚੁਏਸ਼ਨ ਮੇਂ ਹਮਨੇ 100 ਸੇ 120 ਬੰਦੇ ਕਾ ਜੋ ਧਰਨਾ ਹੈ ਉਹ ਐਕਸਪੈਕਟਡ ਬਤਾਇਆ ਥਾ ਤੋ ਉਸ ਹਿਸਾਬ ਸੇ ਹਮਨੇ ਰਿਸਪੋਂਸ ਔਰ ਜੋ ਫੋਰਸ ਹੈ ਉਹ ਮੋਬਿਲਾਈਜ਼ ਕੀ ਹੈ ਅਗਰ ਕੋਈ ਛੋਟਾ ਅਗਰ ਇਸ ਸੇ ਰਿਲੇਟਡ ਜਾਂ ਉਸ ਸੇ ਬੜਾ ਹੋ ਤੋ ਅਕੋਰਡਿੰਗਲੀ ਫਿਰ ये सिचुएशन स्पेसिफिक तो फर्स्ट टाइमिंग पीसीआर की रही है 2 मिनट की तो वो आपने आप स्पोर्ट पे थे आपने देखा कि 2 मिनट के अंदर हमारी एक पीसीआर आ गई थी 5 मिनट में हमारे एसीपी साहब और एसएचओ साहब मौके पे आ गए थे तो ये हमें हमारा जो काम है कि जो हमारा जो पुलिस का जो जलंधर पुलिस की जो एक्टिवनेस है उसको और तो एक्टिव करना और रिस्पॉन्स टाइम को और कम करना ये हमारा मकसद था।